ਦੋਸਤੋ ਇਸ ਵਕਤ ਅਸੀਂ ਸੰਗਰੂਰ ਦਾ ਜਿਹੜਾ ਵੱਡਾ ਨੈਸ਼ਨਲ ਹਾਈਵੇ ਹੈਗਾ ਬਠਿੰਡਾ ਪਟਿਆਲਾ ਉੱਥੇ ਅਸੀਂ ਆਏ ਹਾਂ ਔਰ ਪਿੱਛੇ ਮੇਰੇ ਭਗਵੰਤ ਮਾਨ ਦੀ ਜਿਹੜੀ ਸੰਗਰੂਰ ਜਿਹੜੀ ਕੋਠੀ ਆ ਰਿਹਾਇਸ਼ ਆ ਉੱਥੇ ਪ੍ਰੋਟੈਸਟ ਕਰਨ ਵਾਸਤੇ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸਾਡੇ ਬਹੁਤ ਹੀ ਮਿਹਨਤਕਸ਼ ਵਰਗ ਜਿਹੜਾ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਰਜਿਸਟਰਡ ਨੰਬਰ 37 ਇਹ ਸਾਰੇ ਧਰਨੇ ਤੇ ਬੈਠੇ ਨੇ ਅੱਜ 104 ਦਿਨ ਆ 104 ਦਿਨ ਹੋ ਗਏ ਨੇ ਔਰ ਇਸ ਤਰ੍ਹਾਂ ਦੀਆਂ 6 ਹੋਰ ਜਥੇਬੰਦੀਆਂ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੀਆਂ ਬੜੀ ਵਾਜਬ ਗੱਲ ਨੂੰ ਲੈ ਕੇ ਤੁਸੀਂ ਅਗਰ ਪਿੱਛੇ ਬੋਰਡ ਦੇਖਦੇ ਹੋ ਇਹਨਾਂ ਦੇ ਉੱਤੇ ਪਿੱਛੇ ਸਰਕਾਰ ਨੇ ਇਹਨਾਂ ਦੀ ਜਦੋਂ ਆਪਣੀਆਂ ਮੰਗਾਂ ਮੰਗਣਗੇ ਤੇ ਲਾਠੀਚਾਰਜ ਕੀਤਾ ਬਾਬਾ ਸਾਹਿਬ ਅੰਬੇਦਕਰ ਦੇ ਇਹਨਾਂ ਨੇ ਤਸਵੀਰਾਂ ਲਾਈਆਂ ਤੇ ਬਾਬਾ ਸਾਹਿਬ ਦੀ ਅੰਬੇਦਕਰ ਦੀਆਂ ਫੋਟੋਆਂ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਹੀ ਟੰਗਦੇ ਨੇ ਪਰ ਬਾਬਾ ਸਾਹਿਬ ਅੰਬੇਦਕਰ ਦੀ ਜੋ ਉਹਨਾਂ ਦੇ ਸ਼ਰਧਾਲੂ ਨੇ ਉਹਨਾਂ ਦੀ ਗੱਲ ਮੰਨਣ ਤੋਂ ਮੁਨਕਰ ਹਨ। ਮਸਲਾ ਇਹ ਹੈਗਾ ਮੇਰੇ ਨਾਲ ਇਸ ਪੱਲੇਦਾਰ ਜਿਹੜੀ ਪ੍ਰਦੇਸ਼ ਯੂਨੀਅਨ ਜਥੇਬੰਦੀ ਆ ਉਹਦੇ ਪ੍ਰਧਾਨ ਸਾਹਿਬ ਮੇਰੇ ਨਾਲ ਬੈਠੇ ਨੇ ਇਸ ਵਕਤ, ਇਹਨਾਂ ਦਾ ਨਾਮ ਹੈ ਸਤਨਾਮ ਸਿੰਘ ਔਰ ਜ਼ਿਲ੍ਹੇ ਦੇ ਪ੍ਰਧਾਨ ਇਹਨਾਂ ਦੇ ਹਨ ਜੋਗਿੰਦਰ ਸਿੰਘ। ਤੇ ਸੰਖੇਪ ਤੌਰ ਤੇ ਇਹਨਾਂ ਦੀ ਮੰਗ ਹੈ ਕਿ ਜਿਹੜਾ ਪੱਲੇਦਾਰੀ ਸਿਸਟਮ ਹੋਇਆ ਉਹਦੇ ਵਿੱਚ ਇਹ ਦਲਾਲੀ ਖਤਮ ਕਰਨਾ ਚਾਹੁੰਦੇ ਨੇ। ਇਹ ਕਹਿੰਦੇ ਨੇ ਕਿ ਜੋ ਵੀ ਅਸੀਂ ਲੇਬਰ ਕਰਦੇ ਹਾਂ FCI ਦੇ ਜਾਂ ਸਟੇਟ ਦੇ ਪੰਸਬ ਦੇ ਦੂਜੇ ਗੋਦਾਮਾਂ ਚੋਂ ਅਸੀਂ ਅਨਾਜ ਚੁੱਕ ਕੇ ਢੋ ਕੇ ਚੱਕ ਕੇ ਆਪਣੇ ਮੋਢਿਆਂ ਦੇ ਉੱਤੇ ਤੇ ਅਸੀਂ ਜਿਹੜਾ ਟ੍ਰੇਨਾਂ ਤੇ ਚਾੜਦੇ ਹਾਂ ਤਾਂ ਕਿ ਦੇਸ਼ ਦੇ ਸਾਰੇ ਕੋਨਿਆਂ ਤੱਕ ਇਹ ਅਨਾਜ ਪਹੁੰਚ ਸਕੇ, ਉਸ ਅਨਾਜ ਨੂੰ ਪਹੁੰਚਾਉਣ ਵਿੱਚ ਇਹਨਾਂ ਗਰੀਬ ਮਿਹਨਤਕਸ਼ ਲੋਕਾਂ ਦਾ ਬਹੁਤ ਵੱਡਾ ਰੋਲ ਆ। ਤਾਂ ਇਹਨਾਂ ਨੇ ਬਹੁਤ ਦਿਨ ਤੋਂ ਸਰਕਾਰ ਪੰਜਾਬ ਨੂੰ ਕਿਹਾ, ਪਿਛਲੀ ਸਰਕਾਰ ਨੂੰ ਵੀ ਕਿਹਾ, ਇਹਦੇ ਤੇ ਗਿਲਾ ਵੀ ਹੈ ਇਹਨਾਂ ਨੂੰ ਪਿਛਲੀ ਸਰਕਾਰ ਦੇ ਮੰਤਰੀਆਂ ਦੇ ਉੱਤੇ ਕਿ ਸਾਡੀ ਗੱਲ ਅਣਗੌਲਿਆਂ ਕੀਤੀ, ਉਹ ਤੋਂ ਮਗਰਲੀ ਸਰਕਾਰ ਤੇ ਵੀ ਇਹਨਾਂ ਨੂੰ ਗਿਲਾ ਵਾ, ਮਗਰਲੀਆਂ ਸਾਰੀਆਂ ਸਰਕਾਰਾਂ ਤੇ ਗਿਲਾ। ਪਰ ਹੁਣ ਇਹਨਾਂ ਨੂੰ ਉਮੀਦ ਸੀਗੀ ਕਿ ਸਾਡਾ ਜਿਹੜਾ ਠੇਕੇਦਾਰੀ ਸਿਸਟਮ ਇਹ ਖਤਮ ਕਰਨਗੇ ਮੌਜੂਦਾ ਸਰਕਾਰ ਔਰ ਸਾਨੂੰ ਜਿਹੜੀ ਪੇਮੈਂਟ ਆ ਉਹ ਡਾਇਰੈਕਟ ਹੋਵੇਗੀ। ਸ਼ਾਇਦ ਗਵਰਨਮੈਂਟ ਆਫ ਇੰਡੀਆ ਦਾ ਰੇਟ ਹੈਗਾ ਵਾ ਪਰ 50 ਕਿਲੋ ਦੀ ਬੋਰੀ ਦਾ ਹੈਗਾ ਵਾ ਲਗਭਗ 4 ਰੁਪਈਏ। ਤੇ ਹੁਣ ਇਹਨਾਂ ਨੂੰ ਜਦੋਂ ਇੱਥੇ ਜਦੋਂ ਠੇਕੇਦਾਰੀ ਸਿਸਟਮ ਜਾਂਦੇ ਜਦੋਂ ਸਰਕਾਰ ਕੰਪੀਟੀਸ਼ਨ ਕਰਾ ਦਿੰਦੀ ਆ ਟੈਂਡਰ ਪਵਾ ਦਿੰਦੀ ਆ ਉਹ ਇਹਨਾਂ ਦਾ ਭਾਅ ਘੱਟ ਕੇ ਰਹਿ ਜਾਂਦਾ, ਕਈ ਵਾਰੀ 1.5 ਰੁਪਈਆ ਜਾਂ 2 ਰੁਪਈਏ ਤੱਕ ਇਹਨਾਂ ਨੂੰ ਮਿਲਦੇ, ਇਹਦਾ ਮਤਲਬ 2 ਰੁਪਈਏ ਵਿਚਾਰਿਆਂ ਦੇ ਖਾਤੇ ਗਏ ਨੇ। ਸੋ ਇਹ ਦਲਾਲੀ ਚਾਹੁੰਦੇ ਨੇ ਖਤਮ ਹੋਵੇ ਤੇ ਮੈਂ ਇਹਨਾਂ ਦੀ ਸਪੋਰਟ ਕਰਨ ਆਇਆ। ਮੈਂ ਚੋਣ ਕਰਕੇ ਨਹੀਂ ਇੱਥੇ ਆਇਆ ਕਿਉਂਕਿ ਇਹ ਬੈਠੇ ਸੀਗੇ ਇਹਨਾਂ ਨਾਲ, ਅਸੀਂ ਦੇਖਿਆ ਗਰੀਬਾਂ ਨੂੰ ਬੈਠਣ ਤੋਂ ਮੈਂ ਇੱਥੇ ਪਹੁੰਚਾ। ਵਾਹਿਗੁਰੂ ਦੀ ਕਿਰਪਾ ਨਾਲ ਅਗਰ ਮੈਂ ਇੱਥੋਂ ਜਿੱਤਦਾ ਲੋਕ ਸਭਾ ਦੇ ਵਿੱਚ ਤਾਂ ਮੈਂ ਇਹਨਾਂ ਦਾ ਮਸਲਾ ਉਠਾਊਂਗਾ, ਅੱਜ ਵੀ ਪਬਲਿਕ ਡੋਮੇਨ ਚ ਇਹਨਾਂ ਦੀ ਆਵਾਜ਼ ਬਣ ਕੇ ਤੁਹਾਡੇ ਇੱਥੇ ਲੈ ਕੇ ਆ ਰਿਹਾ ਵਾਂ। ਮੈਂ ਹੁਣ ਬੇਨਤੀ ਕਰੂੰਗਾ ਸੰਖੇਪ ਤੌਰ ਤੇ ਜੋਗਿੰਦਰ ਸਿੰਘ ਜੀ ਕਿ ਤੁਸੀਂ ਆਪਣੀ ਗੱਲ ਨੂੰ ਵੀ ਸਾਡੇ ਜ਼ਰੀਏ ਤੁਸੀਂ ਰੱਖ ਸਕਦੇ ਹੋ ਲੋਕਾਂ ਤੱਕ, ਔਰ ਮੇਰੀ ਅਪੀਲ ਹੈ ਭਗਵੰਤ ਮਾਨ ਨੂੰ ਤੇ ਜਿਹੜੇ ਫੂਡ ਸਿਵਲ ਸਪਲਾਈਜ਼ ਮਿਨਿਸਟਰ ਨੇ ਕੌਣ ਨੇ ਕਟਾਰੂ ਚ ਪਰ ਚਲੋ ਫਿਰ ਵੀ ਕੋਈ ਨੀ, ਮੇਰੀ ਅਪੀਲ ਹੈ ਉਹਨੂੰ ਕਿ ਤੂੰ ਗੱਲ ਸੁਣ ਇਹਨਾਂ ਦੀ, ਉਹਨਾਂ ਨਾਲ ਮਸਲਾ ਹੱਲ ਕਰ। ਜੋਗਿੰਦਰ ਸਿੰਘ ਜੀ ਕਰਿਓ ਗੱਲ ਸੁਣੋ। ਅੱਗੇ ਅਸੀਂ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਰਜਿਸਟਰ ਨੰਬਰ 37 ਦੇ ਬੈਠੇ ਹਾਂ। ਸਾਡੇ 6 ਜਥੇਬੰਦੀਆਂ ਹੋਰ ਨੇ ਪੰਜਾਬ ਦੇ ਵਿੱਚ, ਜਿਹੜੀ ਸਾਡੀ ਗੱਲ ਪੰਜਾਬ ਦੀ ਗੱਲ ਚੱਲ ਰਹੀ ਸੀ ਮੰਡੀਆਂ ਚ ਕਣਕ ਉੱਤੇ ਸਟੈਕ ਕਰਾਂਗੇ ਕੱਢਾਂਗੇ ਉਹਦੇ ਤਹਿਤ। ਇੱਕ ਮੈਂ ਥੋੜਾ 2 ਮਿੰਟ ਲਈ ਪਿੱਛੇ ਗੱਲ ਜਾਊਂਗਾ। ਜਦੋਂ ਕੋਰੋਨਾ ਕਾਲ ਚੱਲਿਆ ਸੀਗਾ ਪੰਜਾਬ ਦੇ ਵਿੱਚ, ਕੋਰੋਨਾ ਕਾਲ ਚੱਲਣ ਕਰਕੇ ਬਾਹਰਲੇ ਸਟੇਟਾਂ ਭੁੱਖਮਰੀਆਂ ਸ਼ਿਕਾਰ ਹੋ ਰਹੀਆਂ ਸੀਗੀਆਂ, ਇੱਥੋਂ ਦੇ ਆਪਣੇ ਮੁਲਾਜ਼ਮ ਪੁਲਿਸ ਮੁਲਾਜ਼ਮ ਲੋਕਾਂ ਨੂੰ ਹੂਟਰ ਮਾਰ ਕੇ ਅੰਦਰ ਵਾੜ ਦਈਏ ਤੇ ਸਾਨੂੰ ਘਰਾਂ ਚੋਂ ਕੱਢ ਕੇ ਸਪੈਰਾ ਭਰਨ ਤੱਕ ਮਜ਼ਬੂਰ ਕਰ ਦਈਏ, ਕਿਉਂਕਿ ਬਾਹਰ ਅਨਾਜ ਪਹੁੰਚਾਉਣ ਦੀ ਚੌਲ ਪਹੁੰਚਾਉਣ ਦੀ ਉਹਦੇ ਕਰਕੇ ਅਸੀਂ ਬਾਹਰਲੀਆਂ ਸਟੇਟਾਂ ਵਿੱਚ ਅਨਾਜ ਪਹੁੰਚਾਇਆ। ਇਹ ਇਹੋ ਜਿਹਾ ਮਜ਼ਦੂਰ ਆ ਜਿਹੜਾ ਕਿ ਬਾਹਰਲੇ ਸੂਬਿਆਂ ਵਿੱਚ ਸਪੈਰਾ ਭੇਜ ਕੇ ਆਪਦਾ ਜਾਨ ਤੇ ਖੇਡੇ ਨੇ, ਮਰਨੋਂ ਦੀ ਪਰਵਾਹ ਮੰਨੇ। ਅਸੀਂ ਮੰਗ ਕਰਦੇ ਹਾਂ
ਵੀ ਜਿਹੜਾ ਅਸੀਂ ਕੰਮ ਕਰਦੇ ਹਾਂ ਪੰਜਾਬ ਹਫ਼ਤੇ ਜਿੰਨਾ ਵੀ ਰੇਟ ਬਣਦਾ ਸਾਡੀ ਜਿਹੜੀ ਮਿਹਨਤ ਆ ਉਹ ਸਾਡੀ ਦਿੱਤੀ ਜਾਵੇ, ਭਾਵੇਂ ਸਾਡੇ 3 ਮੈਂਬਰੀ ਕਮੇਟੀ ਬਣਾ ਕੇ ਉਹਨੇ ਖਾਤੇ ਵਿੱਚ ਪੈਵੇ, ਗਾਹਾਂ ਅਸੀਂ ਆਵੇ ਵਰਕਰ ਨੂੰ ਵੱਢ ਸਕੀਏ। ਧੰਨਵਾਦ ਜੋਗਿੰਦਰ ਸਿੰਘ ਜੀ ਔਰ ਸਾਰੇ ਜਥੇਬੰਦੀ ਦਾ, ਔਰ ਮੈਂ ਕੋਸ਼ਿਸ਼ ਕਰੂੰਗਾ ਔਰ ਮੇਰੀ ਅਪੀਲ ਆ ਫਿਰ ਇੱਕ ਵਾਰੀ ਮੁੱਖ ਮੰਤਰੀ ਪੰਜਾਬ ਨੂੰ ਕਿ ਘੱਟੋ ਘੱਟ ਇਹਨਾਂ ਗਰੀਬਾਂ ਦੀ ਤਾਂ ਗੱਲ ਸੁਣੋ, ਸੌਖਾ ਜਿਹਾ ਕੰਮ ਹੈ ਤੁਹਾਡੇ ਵਾਸਤੇ, ਇਹਨਾਂ ਦਾ ਜਿਹੜਾ ਠੇਕੇਦਾਰੀ ਸਿਸਟਮ ਖਤਮ ਕਰੋ, ਇਹਨਾਂ ਨੂੰ ਟੈਂਡਰ ਪ੍ਰਕਿਰਿਆ ਤੋਂ ਹਟਾਓ, ਇਹਨਾਂ ਦਾ ਸ਼ੋਸ਼ਣ ਬੰਦ ਕਰੋ ਤੇ ਇਹਨਾਂ ਨੂੰ ਬਣਦਾ ਸਰਕਾਰੀ ਰੇਟ ਜੋ ਹੈ ਗਵਰਨਮੈਂਟ ਆਫ ਇੰਡੀਆ ਨੇ ਤੈਅ ਕੀਤਾ 4 ਰੁਪਏ ਪ੍ਰਤੀ 50 ਕਿਲੋ ਦੀ ਬੋਰੀ ਦੀ ਲੇਬਰ ਦਾ ਅਧਿਕਾਰ, ਇਹਨਾਂ ਦੀ ਮਿਹਨਤ ਦਾ ਪੈਸਾ ਇਹਨਾਂ ਨੂੰ ਡਾਇਰੈਕਟਲੀ ਦਿੱਤਾ ਜਾਵੇ। ਅੱਜ ਮੇਰਾ ਮਕਸਦ ਤੁਹਾਡੇ ਨਾਲ ਜੁੜਨ ਦਾ ਇਹ ਸੀਗਾ। ਸਾਰੀ ਜਥੇਬੰਦੀ ਦਾ, ਪ੍ਰਧਾਨ ਜੀ ਔਰ ਪ੍ਰਧਾਨ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ। ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਸਾਹਿਬ ਅੰਬੇਦਕਰ ਦਾ ਨਾਰਾ ਹੈ ਜੋ ਜੈ ਭੀਮ ਜੈ ਭਾਰਤ।